ਅੱਜ ਦਾ ਮਿੱਤਰੋ ਵੈਲਕਮ ਬੈਕ ਟੂ ਅਵਰ ਨਿਊ ਵਲੌਗ ਵੀਡੀਓ। ਇੱਕ ਮਿੰਟ ਹੁਣ ਠੀਕ ਹੈ, ਹੁਣ ਠੰਡ ਹੋ ਰਹੀ ਸੀ, ਜ਼ਿਆਦਾ ਹਵਾ ਚੱਲ ਰਹੀ ਸੀ, ਅਤੇ ਸਵਾਗਤ ਕਰਦਾ ਤੁਹਾਡਾ ਚੈਨਲ ਹੋਰ ਨਵੀਂ ਵੀਡੀਓ ਵਿੱਚ। ਅਤੇ ਅੱਜ ਮੈਂ ਆਇਆ ਹੋਇਆ ਕਾਲਜ, ਕਾਲਜ ਵਾਸਤੇ ਥੋੜ੍ਹਾ ਲੇਟ ਹੋ ਗਿਆ ਅੱਧਾ ਘੰਟਾ, ਕਿਉਂਕਿ ਮੈਂ ਸਿੱਧਾ ਕੰਮ ਤੋਂ, ਅਤੇ ਕੰਮ ਤੋਂ ਸਿੱਧਾ ਟ੍ਰੇਨ ਫੜ ਕੇ, ਯੂਨੀਅਨ ਐਕਸਪ੍ਰੈਸ ਟ੍ਰੇਨ ਸੀ ਸਿੱਧੀ, ਮਤਲਬ ਯੂਨੀਅਨ ਆਉਂਦੀ ਆ, ਐਕਸਪ੍ਰੈਸ ਨਾਮ ਦੀ ਐਕਸਪ੍ਰੈਸ ਸੀ, ਐਕਸਪ੍ਰੈਸ ਨਾਮ ਦੀ ਐਕਸਪ੍ਰੈਸ ਸੀ, ਥੋੜ੍ਹੀ ਥੋੜ੍ਹੀ ਥਾਂ ਖੜਦੀ ਗਈ ਅਤੇ 5-10 ਮਿੰਟ ਉੱਪਰੇ ਕਰਤਾ, ਮਤਲਬ ਐਕਸਪ੍ਰੈਸ ਦਾ ਕੋਈ ਮਤਲਬ ਨਹੀਂ ਰਿਹਾ। ਹੁਣ ਆਪਾਂ ਚੱਲਦੇ ਹਾਂ ਕਾਲਜ, ਅੱਧੇ ਘੰਟੇ ਦੀ ਨਹੀਂ ਅੱਧੇ ਨਹੀਂ 15-20 ਮਿੰਟ ਦੀ ਵੋਕ ਹੈ। ਠੰਡ ਹੁਣ ਜ਼ਿਆਦਾ ਹੋਣ ਲੱਗੀ, ਵਿੰਟਰ ਚੱਲ ਪਏ, ਸਟਾਰਟ ਹੋ ਗਏ ਦਸੰਬਰ ਦਾ ਮਹੀਨਾ, ਅੱਜ 13-14 ਤਰੀਕ ਹੋ ਗਈ, ਅਤੇ ਹੁਣ ਟੋਪੀ ਟੋਪੀ ਪਾ ਕੇ ਰੱਖ ਰਿਹਾ, ਥੱਲੇ ਸ਼ਰਟ ਪਾ ਰੱਖੀ ਹੈ ਅਤੇ ਟੀ ਸ਼ਰਟ ਅਤੇ ਇਨਰ, ਅਤੇ ਠੰਡ ਹੁਣ ਜ਼ਿਆਦਾ ਹੋ ਗਈ, ਵਿੰਟਰ ਅੱਜ ਹੀ ਚਾਹ ਗਿਆ ਆਪਾਂ। ਵੈਸੇ ਹਵਾ ਬਹੁਤ ਚੱਲ ਰਹੀ ਹੈ, ਬਿਲਡਿੰਗਾਂ ਵੱਡੀਆਂ ਨੇ ਤਾਂ ਹੀ ਘੱਟ ਲੱਗ ਰਹੀ ਹੈ ਹਵਾ। ਯਾਰ ਤੁਸੀਂ ਮੈਂ ਸੋਚਦੇ ਹੋਵੋਗੇ ਵੀ ਮੈਂ ਇੰਨਾ ਕਾਹਲੀ ਕਾਹਲੀ 'ਚ ਘਿਓ ਰਹਿੰਦਾ ਵੀ ਉੱਤਰਦੇ ਸਾਹ ਵੈਸੇ ਲੱਗ ਜਾਂਦਾ ਟ੍ਰੇਨ ਤੋਂ। ਕਾਹਲੀ ਕਾਹਲੀ ਦਾ ਚੱਕਰ ਇੱਦਾਂ ਵੀ ਮੇਰੀ ਸਵੇਰੇ ਕਲਾਸ ਹੁੰਦੀ ਹੈ ਕਾਲਜ 'ਚ 8 ਵਜੇ, ਅਤੇ ਉਸ ਵਾਸਤੇ ਮੈਨੂੰ 6 ਵਜੇ ਉੱਠਣਾ ਪੈਂਦਾ, ਅਤੇ 6:36 'ਤੇ ਮੈਂ ਫੜਦਾ ਬੱਸ, ਅਤੇ 6:46 'ਤੇ ਟ੍ਰੇਨ ਸਟੇਸ਼ਨ ਤੋਂ ਬਕਾੜੀ ਰਮ ਟ੍ਰਿਪਲ ਸੈਕ ਲਿਕਿਓਰ ਸਮਿਰਨੋਫ ਵੋਡਕਾ, ਇਹ ਸਾਰੀਆਂ ਆਪਣੇ ਇੰਡੀਆ 'ਚ ਵੀ ਚੱਲਦੀਆਂ ਨੇ ਜ਼ਿਆਦਾਤਰ। ਆ ਸ਼ਿਵਾਸ ਰੀਗਲ, ਆ ਵੀ ਚੱਲਦੀ ਜ਼ਿਆਦਾਤਰ ਇੰਡੀਆ 'ਚ ਮੇਰੇ ਹਿਸਾਬ ਨਾਲ, ਕੈਨੇਡੀਅਨ ਕਲੱਬ ਤਾਂ ਕੈਨੇਡੀਅਨ ਆ। ਇਹ ਬਾਕੀ ਟ੍ਰਿਪਲ ਸੈਕ ਆ ਗਈ, ਇਹ ਵੀ ਲਿਕਿਓਰ ਆ ਗਏ, ਇਹ ਗਲੈਨੀ ਵਿਟ, ਇਹ ਵੀ ਨੋਰਮਲ ਹੈ, 12 ਸਾਲ ਪੁਰਾਣੀ ਹੈ ਇਹ, ਅਤੇ ਆਹ ਪਤਾ ਨਹੀਂ ਕਿਹੜੀ, ਇਹ ਵਰਮੂਥ, ਇਹ ਜ਼ਿਆਦਾਤਰ ਮੇਰਾ ਇੱਧਰ ਹੀ ਚੱਲਦੀ ਹੈ, ਪਤਾ ਨਹੀਂ ਉੱਧਰ ਵੀ ਚੱਲਦੀ ਹੈ ਕੋਈ ਹਿਸਾਬ ਨਹੀਂ, ਇਹ ਜੈਕ ਲੈਂਦੇ ਨੇ ਤਾਂ ਪਤਾ ਚੱਲਦਾ, ਇਹ ਕੀ ਵਾਲੀ ਗਾਣੇ ਚਾਈ ਕਰਦੀ ਹੈ, ਆਹ ਲੰਡਨ ਦੀ ਹੈ, ਇਹ ਵੀ ਸਭ ਨੂੰ ਪਤਾ ਹੋਊਗਾ, ਇਹ ਡਿੱਬੇ ਦਾ ਸਨ ਪੀਂਦਾ ਜੇਮਸਨ। ਫਰਿੱਜ 'ਚ ਬੈਰੀਆਂ ਜੀ ਪਈਆਂ ਸੀ, ਮੈਂ ਚੱਕ ਲਈਆਂ 2-4, ਖਾਂਦੇ ਆ ਬੈਠ ਕੇ, ਅਤੇ ਆਹ ਰੱਖੇ ਹੁੰਦੇ ਨੇ ਆ ਕੈਨੇਡਾ ਏ ਕੋਕੂ ਜੇ ਸੋਫਟ ਡਰਿੰਕਾਂ ਜੀ, ਇਹ ਤੇਈ ਪ੍ਰੋਫੈਸਰ ਨੇ ਕਹਿੰਦਾ ਲਾਸਟ ਦਿਨ ਅੱਜ, ਅਤੇ ਆਹ ਲੈ ਜੋ ਆਪਦੀਆਂ ਸਾਨੇ ਉਹ ਬਣਾਏ ਸੀ ਸੋਲਿਊਸ਼ਨ ਜਾਂ ਡਰਿੰਕ ਬਣਾ ਕੇ ਦਿਖਾਉਣੀ ਜੀ, ਅਤੇ ਆਪਣੀ ਕਲਾਸ ਹੈ ਦੇਖ ਲਓ ਲਾਸਟ ਵਾਰੀ, ਇਹ ਤਾਂ ਕਰਾਂ ਕੀ ਖੋਲ ਕੇ ਦੇਖੇ ਨੂੰ ਮਿੱਠੀ ਆ, ਇਹ ਕਦੋਂ ਦਾ ਬਣਾਇਆ ਹੈ ਕੀ ਹੈ, ਮਿੱਠੇ ਬਹੁਤ ਨੇ, ਜਿਵੇਂ ਉਹ ਨਹੀਂ ਹੁੰਦਾ ਮੁਰੱਬਾ ਹੋ ਹੈ। ਇਹ ਮਹਾਰਾਜ ਹੁਣ ਆਇਆ ਕਲਾਸ ਲਾਉਣ, ਜਦੋਂ ਸਾਰੀ ਕਲਾਸ ਮੁੱਕ ਗਈ, ਹਾਂ ਦੇਖਿਓ ਇਹ ਹੁਣ ਆਇਆ ਮਹਾਰਾਜ, ਇਹਨੇ ਟੈਟੂ ਬਣਵਾਇਆ, ਇੱਕ ਖਰਗੋਸ਼ ਬਣਾਇਆ ਟੈਟੂ 'ਚ, ਇਹ ਉਹ ਹੈ ਪਰਮਾਨੈਂਟ ਹੈ, ਕਿੰਨੇ ਦਾ ਬਣਿਆ, 450 ਰੁਪਏ ਦਾ, ਉਹ ਡਾਲਰ ਦਾ। ਗਿਆਨੀ ਕੱਲ੍ਹ ਆਇਆ ਸੀ ਕਾਲਜ 'ਚ, 10 ਘੰਟੇ ਦੀ ਕਲਾਸ ਲਾਇਆ ਗਿਆ, ਉਸ ਤੋਂ ਬਾਅਦ 8 ਘੰਟੇ ਦੀ ਸ਼ਿਫਟ ਲਾਉਣ ਵਗਿਆ ਸਿੱਧਾ, ਅਤੇ ਉਸ ਤੋਂ ਬਾਅਦ ਸਿੱਧਾ ਕਾਲਜ ਆ ਗਿਆ, ਅਤੇ ਕਾਲਜ ਆਇਆ ਜਦ ਕਲਾਸ ਮੁੱਕੀ ਪਈ, ਅਤੇ ਹੁਣ ਕਹਿੰਦਾ ਭੁੱਖ ਲੱਗ ਰਹੀ ਆ, ਅਤੇ ਆਪਾਂ ਆ ਗਏ ਇੱਥੇ, ਕੀ ਨਾਮ ਹੈ ਸ਼ੋਪ ਦਾ, ਬੁਰੀਟੋ ਬਰੋਸ, ਆ ਜਾ ਚੱਲ ਆਹ ਇੱਧਰ ਹੈ, ਇੱਥੇ ਇੱਕ ਵਾਲਾ ਪੁੱਛਦੇ ਸੀ ਮਾਂ ਦੇ ਵੀ, ਯਾਰ ਦੋਸਤ ਫਰੈਂਡ ਵੀ, ਇੱਥੇ ਇੰਗਲਿਸ਼ ਉਂਗਲਿਸ਼ ਬੋਲਣ ਦੀ ਲੋੜ ਪੈਂਦੀ ਆ, ਇਹ ਮੇਰੇ ਹਿਸਾਬ ਨਾਲ ਡਿਪੈਂਡ ਔਨ ਏਰੀਆ ਕਰਦਾ ਤੁਸੀਂ ਕਿੱਥੇ ਖੜ੍ਹੇ ਹੋ, ਜੇ ਤੁਸੀਂ ਬ੍ਰੈਂਪਟਨ ਹੋ ਤਾਂ ਕੋਈ ਚੱਕਰ ਨਹੀਂ, ਪੰਜਾਬੀ ਇੰਗਲਿਸ਼ ਸਾਰੇ ਕਿਤੇ ਚੱਲਦੇ, ਜਿੱਥੇ ਜਿਹੜੇ ਮਰਜ਼ੀ ਕੋਈ ਜਿਹੜੇ ਚੱਲ ਦਿਓ, ਪਰ ਟੋਰੋਂਟੋ ਤੁਹਾਨੂੰ ਜ਼ਿਆਦਾਤਰ ਬੋਲਣੀ ਪੈਂਦੀ ਹੈ, ਕਾਲਜ 'ਚ ਤਾਂ ਬੋਲਣੀ ਪੈਂਦੀ ਜ਼ਿਆਦਾਤਰ, ਅਤੇ ਦੁਕਾਨਾਂ ਤੋਂ ਬੋਲਣ ਦੇ ਵੀ ਬੋਲਣੀ ਪੈਂਦੀ ਹੈ, ਟਿਮ ਟੂਮ ਦੇ, ਪਰ ਕਿਤਨੇ ਕਿਤੇ ਆਪਣੇ ਪੰਜਾਬੀ ਬੋਲਦੇ ਆ, ਫਿਰ ਹਿੰਦੀ ਆਪਣੇ ਇੰਡੀਅਨ ਮਿਲ ਜਾਂਦੇ ਨੇ ਆਪਾਂ ਨੂੰ, ਅਤੇ ਸਾਡਾ ਕੋਈ ਚੱਕਰ ਰਹਿੰਦਾ ਨਹੀਂ ਹੈਗਾ, ਆਪਣੇ ਇੰਗਲਿਸ਼ ਬੋਲਦਾ ਆਪਾਂ ਤਾਂ ਹੈਲਪ ਕਰਦੇ ਰਹਿੰਦੇ ਹਾਂ।
ਕਿਸੇ ਨੇ ਰਾਤ ਨੂੰ ਗਿਆਨੂ ਨੂੰ ਫੋਨ ਕਰਕੇ ਗਾਲਾਂ ਕੱਢਤੀਆਂ 2 ਵਜੇ, ਹੁਣ ਕੀ ਜਾ ਫਿਰਦਾ, ਮਾਝਾ ਮਾਲਵਾ ਤਾਂ ਬਾਬਾ ਛੇੜ ਲਿਆ ਸੀ ਹੈਂ, ਬੋਲ ਤੇਰੀ ਜ਼ਬਾਨ ਮੁੱਕ ਗਈ, ਮਾਲਵੇ ਤਾਂ ਬਾਬੇ ਦੀ ਲੜਾਈ ਕਰਾਤੀ ਸੀ, ਇਹ ਵੀ ਕੌਨਫਰੈਂਸ ਤੇ ਸੀ, ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗਾ ਨਹੀਂ, ਤੇਰੇ ਲਵ ਜੇ ਮੁੱਕ ਗਏ, ਜਜ਼ਬਾਤ ਬਾਹਲੇ ਅੰਦਰ ਦੱਬੀ ਬੈਠੇ, ਕਹਿੰਦਾ ਉਹ ਕੈਮਰਾ ਆ ਗਿਆ ਕਹਿੰਦਾ ਤੂੰ ਸਾਡੇ ਪਿੰਡ ਆ ਜੀ, ਉਹ ਕਹਿੰਦਾ ਕੁੱਤੇ ਦੇ ਨਾਂਗ ਮਾਰੀਏ ਕਦੇ, ਤੂੰ ਗੁੰਡਾ ਬਣਦਾ ਸੀ ਰਾਤ, ਤੂੰ ਗੈਂਗਸਟਰ ਬਣਦਾ ਸੀ ਰਾਤ, ਹਾਂ ਤਲਵਾਰਾਂ ਨਹੀਂ ਬੰਦੇ ਪੱਤੇ ਤੁਹਾਨੂੰ ਚੱਕੀਆਂ, ਕੁੱਤੇ ਡੰਡਾ ਮਾਰਿਆ ਕਦੇ, ਬਾਲਾ ਬਾਲਾ ਨਰਮ ਦਿਲ ਦਾ ਬੰਦਾ, ਕੁੱਤੇ ਨੀ ਹੈਗੇ ਚੰਡੀਗੜ੍ਹ ਚ, ਇਹਦਾ ਵਾਲਾ ਪੈਟ ਮਰ ਜੂਗਾ, ਇਹਦੇ ਚੰਗਾੜ ਮਾਰ ਕੇ ਡਰ ਜੂਗਾ, ਖਰਗੋਸ਼ ਮਰ ਜਾਂਦਾ ਹੈ ਨਾ, ਇਹਨੂੰ ਨੰਬਰ ਇੱਟ ਮਾਰਿਆ, ਇਹਨੂੰ ਮੈਂ ਆਪਾਂ ਖਾ ਲੈਂਦੇ ਹਾਂ, ਪਿਆ ਸੀ ਮੇਰੇ ਬੈਗ 'ਚ ਕੱਜੂ ਕੱਜੂ ਜੀ, ਇਹ ਆ ਗਿਆ ਆਪਣਾ, ਇਹ ਕੁਛ ਹੈ ਇਹਦੇ 'ਚ ਅੰਦਰ, ਦੇਖ ਰਹੇ ਕੀ ਹੈ ਖਾ ਕੇ, ਕੀ ਇਹਦੇ ਅੰਦਰ ਆਈਟਮ, ਸਬਜ਼ੀਆਂ ਕਿਵੇਂ ਟੇਸਟ, ਮੈਂ ਵੀ ਖਾ ਕੇ ਦੇਖਦਾ, ਸੱਚੀ ਯਾਰ ਬਾਬੇ ਬਾਹਲੀ ਘੈਂਟ ਆਈਟਮ ਹੈ, ਖਾਏ ਨਹੀਂ ਜਾ ਰਿਹਾ ਪੂਰਾ ਸਮੋਲ ਸੀ, ਨਾਲੇ ਇਹ $23 'ਚ 3 ਆ ਗਏ, ਅਤੇ ਜੇ ਟਿਮ ਟੁੰਮ 'ਤੇ ਪੈਂਦੇ 23-24 ਤਾਂ ਵੈਸੇ ਲੱਗ ਜਾਣੇ ਸੀ, ਅਤੇ ਨਾ ਢਿੱਡ ਢੁੱਡ ਭਰਨਾ ਸੀ, ਅਤੇ ਚੱਲਿਆ ਕਹਿੰਦਾ ਮੇਰਾ ਟੈਟੂ ਲੈ ਰਿਹਾ, ਚਲੋ ਬਾਈ ਜੀ ਫਿਨਿਸ਼ਿੰਗ ਰਹਿ ਰਹੀ ਹੈ, ਚੱਲ ਚੰਗਾ ਫਿਰ ਓਕੇ ਬਾਈ, ਕੈਨੇਡਾ ਟਰਾਈ, ਇਹ ਵੀਨਿਆ ਜਦੋਂ ਖਤਮ ਹੋ ਗਿਆ, ਕਿਆ ਗਿਆਨੀ ਜੀ ਯਾਰ, ਕਿਆ ਗੁੰਡਾ ਬਣੇਗਾ ਤੂੰ, ਲਓ ਜੀ ਖਾਣਾ ਪਾਣੀ ਕਰ ਲਿਆ, ਅਤੇ ਹੁਣ ਆਪਾਂ ਚੱਲਦੇ ਹਾਂ ਯੂਨੀਅਨ ਵੱਲ, ਅਤੇ 2-4 ਗੱਲਾਂ ਬਾਤਾਂ ਹੋਰ ਕਰਦੇ ਹਾਂ, ਚਲੋ ਫਿਰ ਚੱਲਦੇ ਹਾਂ। ਹਾਂ ਬਹੁਤ ਤੇਜ਼ ਚੱਲ ਰਹੀ ਹੈ, ਅਤੇ ਅੱਜ ਸਾਡੇ ਸਮੈਸਟਰ ਦਾ ਲਾਸਟ ਦਿਨ ਸੀ, 3rd ਸਮੈਸਟਰ ਦਾ, ਇਹ ਤੋਂ ਬਾਅਦ ਆਪਣਾ 4th ਸਮੈਸਟਰ, ਅਤੇ ਬਸ ਹੁਣ ਚੱਲਦੇ ਆਪਾਂ ਯੂਨੀਅਨ ਵੱਲ ਨੂੰ, ਆਹ ਦੇਖ ਲਓ ਜੋਰਜ ਬਰਾਊਨ ਵਾਲੇ ਜਿਹੜੇ ਜਿਹੜੇ ਆਉਣਗੇ ਜੋਰਜ ਬਰਾਊਨ 'ਚ, ਆਹ ਮੇਨ ਬਿਲਡਿੰਗ ਹੈ ਜੋਰਜ ਬਰਾਊਨ ਦੀ, 200 ਕਿੰਗ ਸਟਰੀਟ ਈਸਟ, ਤੁਹਾਡੇ ਔਫਰ ਲੈਟਰ 'ਤੇ ਵੀ ਆਹੀ ਸ਼ੋਅ ਹੋਊਗੀ, 200 ਕਿੰਗ ਸਟਰੀਟ ਈਸਟ ਜਾਂ ਫਿਰ 215 ਕਿੰਗ ਸਟਰੀਟ ਈਸਟ, ਚੈੱਕ ਕਰ ਲਿਓ ਔਫਰ ਲੈਟਰ ਆਪਦਾ, ਜੇ ਔਫਰ ਲੈਟਰ 'ਤੇ 200 ਕਿੰਗ ਸਟਰੀਟ ਈਸਟ ਹੋਈ ਤਾਂ ਇਹ ਬਿਲਡਿੰਗ ਹੈ, ਇਹ ਹੈਗੀ ਆਪਣੀ ਕਿੰਗ ਸਟਰੀਟ ਅਤੇ ਜੋਰਜ ਸਟਰੀਟ, ਅਤੇ ਇਹੋ ਜਿਹਾ ਕੋਈ ਸਰਾਊਂਡਿੰਗ ਹੈ ਇਹਦੀ, ਮਾਰ ਲਓ ਨੀਗਾ, ਉਹ ਪਿੱਛੇ ਕੋਲਜ ਹੈ ਇੱਕ ਬਿਲਡਿੰਗ, ਉਹ ਤੋਂ ਪਿੱਛੇ ਐਡਲੀਡ ਸਟਰੀਟ 'ਤੇ, ਅਤੇ ਵੈਸੇ ਇਹੋ ਜਿਹਾ ਮਾਹੌਲ ਹੈ ਕੁਛ, ਉਹ ਸਾਹਮਣੇ ਸੀਐਨ ਟਾਵਰ ਹੈ ਉਹ ਵਾਲਾ, ਉੱਥੋਂ ਤੁਸੀਂ ਸਿੱਧਾ ਆਉਣਾ ਯੂਨੀਅਨ ਤੋਂ, ਅਤੇ ਇਹ ਮੇਨ ਇੰਟਰਸੈਕਸ਼ਨ ਹੈ ਜੋਰਜ ਵਾਲਾ, ਇੱਥੋਂ ਲੈਣਾ ਲੈਫਟ ਜੋਰਜ ਬਰਾਊਨ ਨੂੰ ਜਾਂਦਾ ਜਿਹੜਾ, ਇਹੋ ਜਿਹਾ ਕੁਛ ਰਸਤਾ ਵਿੱਚ ਤੁਹਾਨੂੰ ਰੈਸਟੋਰੈਂਟ ਮਿਲੂਗਾ, ਇੱਥੇ ਬਹਿ ਕੇ ਅਸੀਂ ਕਦੇ ਕਦੇ ਫੋਟੋਆਂ ਖਿਚਾ ਲੈਂਦੇ ਹਾਂ, ਮੇਰੇ ਇੰਸਟਾ 'ਤੇ ਪਾਈਆਂ ਹੁਣ 1-2 ਮੈਨੇ,
ਠੰਡ ਹੋ ਗਈ ਪਰ ਹਲੇ ਸਨੋ ਜੈਕਟ ਦਾ ਟਾਈਮ ਨਹੀਂ ਆਇਆ, ਇੰਨੀ ਠੰਡ ਨਹੀਂ ਹੈਗੀ। ਜੇ ਤੁਸੀਂ 3-4 ਲੇਅਰ ਪਾਈ ਹੋਈ ਕੱਪੜਿਆਂ ਦੀ ਤਾਂ ਸਰਜੂ ਨੱਕ ਤਾਂ ਚੱਲ ਪੈਂਦਾ ਠੰਡ 'ਚ। ਪਰ ਜੇ ਹਾਂ ਵਿੰਟਰ ਜੈਕਟ ਤੁਹਾਨੂੰ ਪਾਉਣੀ ਪਊਗੀ ਜੇ ਤੁਸੀਂ ਜਨਵਰੀ ਇਨਟੇਕ 'ਚ ਆ ਰਹੇ ਹੋ, ਕਿਉਂਕਿ ਇੱਕ ਦਿਨ ਜੇ ਠੰਡ ਲੱਗੀ ਘਰੇ ਬਹਿਣਾ ਪੈ ਗਿਆ ਤਾਂ ਬਹੁਤ ਔਖਾ ਹੋ ਜੂਗਾ। ਬਾਕੀ ਇੰਨੀ ਠੰਡ ਵੀ ਨਹੀਂ ਹੋਈ ਵੀ ਵਿੰਟਰ ਬੂਟ ਪਾ ਕੇ ਆਈਏ, ਆਪਾਂ ਨੋਰਮਲ ਸ਼ੂਜ਼ ਪਾ ਕੇ ਆਉਂਦੇ ਹਾਂ। ਵਿੰਟਰ ਸ਼ੂਜ਼ ਤਾਂ ਆਪਾਂ ਸੁੱਖ ਨਾਲ ਪਿਛਲੀ ਵਿੰਟਰ 'ਚ ਵੀ ਨਹੀਂ ਪਾਏ, ਪਿਛਲੀ ਵਿੰਟਰ 'ਚ ਕੋਈ ਸਨੋ ਸ਼ੂ ਕੁਛ ਨਹੀਂ ਲਿੱਤਾ, ਨੋਰਮਲ ਸ਼ੂਜ਼ ਹੀ ਕੰਮ ਸਾਰ ਲਿਆ। ਬਟ ਹਾਂ ਟੁੱਟ ਗਏ ਮੇਰੇ ਬੂਟ, ਟੁੱਟ ਜਾਂਦੇ ਆ ਸਨੋ 'ਚ, ਸਲਿਪ ਵੀ ਹੋ ਜਾਂਦਾ ਕਈ ਵਾਰ ਜੇ ਤੁਸੀਂ ਜੇ ਨਹੀਂ ਲੱਤਾਂ ਕਿਸੇ ਦੀ ਲੱਤਾਂ ਕੰਬ ਜਾਂਦੀਆਂ ਸਨੋ 'ਚ ਠੰਡਕ ਦੇ ਕਾਰਨ, ਅਤੇ ਸਲਿਪ ਵੀ ਹੋ ਜਾਂਦੇ ਆ ਉਹ। ਅਤੇ ਜੇ ਤੁਸੀਂ ਨਵੇਂ ਆ ਰਹੇ ਹੋ ਤਾਂ ਮੈਂ ਸੁਜੈਸਟ ਕਰਦਾ ਵੀ ਤੁਸੀਂ ਸਨੋ ਬੂਟ ਲੈ ਲਿਓ, ਵੀ ਸਲਿਪ ਕਰ ਗਏ ਤਾਂ ਸਿਰ ਮੱਥਾ ਲੱਗਿਆ ਤਾਂ ਬਾਲੀ ਸੱਟ ਵੱਜੂ, ਕੋਈ ਫਾਇਦਾ ਕੀਤਾ। ਆਪਣੀ ਟ੍ਰੇਨ ਹੈ ਇਹ ਕਿਚਨਰ ਵਾਲੀ 34 'ਤੇ, 14:34 'ਤੇ ਹੁਣ ਹੋਏ 11:51, ਮਤਲਬ ਹੈਗੀ ਲਗਭਗ, ਸੋਰੀ ਉੱਪਰ ਵੀ ਆਪਣੇ 13:34 'ਤੇ, ਮਤਲਬ ਹੁਣ ਹੋਏ 11:34, ਮਤਲਬ 12:34 'ਤੇ ਆ ਜਾਣੀ ਹੈ। ਸ਼ੋਅ ਨਹੀਂ ਕਰ ਰਿਹਾ 12:34 ਵਾਲੀ, 1:34 ਵਾਲੀ ਸ਼ੋਅ ਕਰ ਰਿਹਾ। ਇਹ ਯੂਨੀਅਨ ਸਟੇਸ਼ਨ ਦਾ ਮੇਨ ਏਰੀਆ ਜਿੱਥੇ ਬਹਿ ਕੇ ਵੇਟਿੰਗ ਵੂਟਿੰਗ ਕਰਦੇ ਹਾਂ ਟ੍ਰੇਨਾਂ ਦੀ, ਅਤੇ ਇੱਥੇ ਲੱਗੀ ਹੁੰਦੀ ਸਕਰੀਨਾਂ ਜਿਵੇਂ ਆਪਾਂ ਤੁਹਾਨੂੰ ਬਾਹਰ ਦਿਖਾਈਏ, ਇੱਥੇ ਟਾਈਮ ਟੂਮ ਆ ਰਿਹਾ ਹੁੰਦਾ। ਅਤੇ ਪਲੇਟਫਾਰਮ ਨੇ ਮਤਲਬ 8-9 ਪਲੇਟਫਾਰਮ, ਉਹ 6-7 ਹੈ। ਇੱਧਰ ਲਿਫਟ ਹੁੰਦੀ ਆ, ਨਹੀਂ ਤੁਰਿਆ ਜਾਂਦਾ ਜਿਹਨਾਂ 'ਚੋਂ। ਉੱਧਰ 12-13 ਪਲੇਟਫਾਰਮ, ਇੱਦਾਂ ਪਲੇਟਫਾਰਮ ਬਣੇ ਹੁੰਦੇ ਨੇ, ਅਤੇ ਇਹਦੇ ਉੱਪਰ ਸ਼ੋਅ ਹੋ ਜਾਂਦਾ ਆ ਪਲੇਟਫਾਰਮ ਦੀ ਲਿਖ ਰਿਖਾ ਨਾ, ਇਹਦੇ ਉੱਪਰ ਸ਼ੋਅ ਹੋ ਜਾਂਦਾ ਵੀ ਕਿਹੜੇ ਪਲੇਟਫਾਰਮ 'ਤੇ ਆ ਰਹੀ ਹੈ। ਉਸ ਪਲੇਟਫਾਰਮ 'ਤੇ ਜਾ ਕੇ ਬਹਿ ਜਾਓ, ਮਤਲਬ ਉੱਪਰ ਖੜ੍ਹ ਜਾਓ ਅਤੇ ਟ੍ਰੇਨ ਆ ਜੂਗੀ ਅਤੇ ਚੜ੍ਹ ਜਾਓ। ਅਤੇ ਹਾਂ, ਉਸ ਤੋਂ ਪਹਿਲਾਂ ਆਪਾਂ ਨੂੰ ਇਹ ਮਸ਼ੀਨ 'ਤੇ ਟੈਪ ਕਰਨਾ ਪੈਂਦਾ, ਇਹਦੇ ਟੈਪ ਕਰਕੇ ਤੁਹਾਨੂੰ ਮੈਂ ਕਰਕੇ ਦਿਖਾਉਂਦਾ ਟੈਪ। ਇਸਦਾ ਟੈਪ ਕਰ ਦਿਓ ਅਤੇ ਤੁਹਾਡੀ ਲੋਕੇਸ਼ਨ ਟਰੇਸ ਹੋ ਜੂਗੀ, ਅਤੇ ਤੁਸੀਂ ਟੈਪ ਆਫ ਕਰਨਾ ਜਿੱਥੇ ਤੁਸੀਂ ਉਤਰੋਗੇ। ਯੂਨੀਅਨ ਸਟੇਸ਼ਨ ਦਾ ਫੂਡ ਕੋਰਟ, ਉਹ ਤੁਹਾਨੂੰ ਦਿਖਾ ਦਿੰਦਾ ਮੈਂ ਇਹ ਸਾਰਾ। ਇੱਥੇ ਸਾਰੀਆਂ ਦੁਕਾਨਾਂ ਦੁਕਾਨਾਂ ਨੇ, ਉੱਧਰ ਟਿਮ ਟੂਮ ਹੈ, ਮੈਕੜੀ ਹੈ, ਇੱਧਰ ਹੋਰ ਦੁਕਾਨਾਂ ਨੇ ਅਤੇ ਪਿੱਛੇ ਵੀ ਨੇ। ਆਪਾਂ ਇਹਦੇ ਬੈਠੇ ਹਾਂ ਅਤੇ ਕੁਛ ਮਤਲਬ ਕਈ ਪੁੱਛਦੇ ਨੇ ਵੀ ਉਹੀ ਗੱਲ ਵੀ ਇੰਗਲਿਸ਼ ਚੱਲਦੀ ਹੈ, ਟੋਰੋਂਟੋ ਚੱਲਦੀ ਹੈ ਜ਼ਿਆਦਾਤਰ, ਅਤੇ ਕਈ ਮੇਰੇ ਪ੍ਰੋਗਰਾਮ ਬਾਰੇ ਪੁੱਛਦੇ ਨੇ ਬਈ ਤੁਹਾਡਾ ਪ੍ਰੋਗਰਾਮ ਕਿਹੜਾ। ਮੇਰੇ ਆਪਣਾ ਪ੍ਰੋਗਰਾਮ ਹੈ ਕੋਲੇਜ, ਤੁਹਾਨੂੰ ਪਤਾ ਹੈ ਜੋਰਜ ਬਰਾਊਨ ਕੋਲੇਜ, ਮੇਨ ਕੈਂਪਸ ਸੈਂਟ ਜੇਮਸ ਦਾ, ਪਤਾ ਨਹੀਂ ਮੇਨ ਹੈ ਪਤਾ ਨਹੀਂ ਨਹੀਂ, ਪਰ ਡਾਊਨ ਟਾਊਨ 'ਚ ਮੇਰੇ ਹਿਸਾਬ ਨਾਲ ਮੇਨ ਹੋ ਸਕਦਾ। ਅਤੇ ਪ੍ਰੋਗਰਾਮ ਹੈ ਆਪਣਾ ਫੂਡ ਐਂਡ ਬੈਵਰੇਜ ਮੈਨੇਜਮੈਂਟ, 2 ਸਾਲ ਦਾ ਡਿਪਲੋਮਾ, ਅਤੇ ਲਾਸਟ ਸਮੈਸਟਰ 'ਚ ਇਹਦੀ ਕੋਪ ਹੁੰਦੀ ਹੈ, ਮਤਲਬ ਕਿ ਇੰਟਰਨਸ਼ਿਪ ਐਕਸਟਰਨਸ਼ਿਪ ਜੋ ਮਰਜ਼ੀ ਕਹਿ ਲਓ ਉਹ ਹੁੰਦੀ ਹੈ। ਉਹਦੇ 'ਚ ਆਪਾਂ ਨੇ 4 ਮਹੀਨੇ ਕਿਸੇ ਵੀ ਰੈਸਟੋਰੈਂਟ ਦੇ ਅੰਡਰ ਕੰਮ ਕਰਨਾ, ਇਹਦੇ 'ਚ ਕੁਛ 366 ਘੰਟੇ ਅਤੇ 400 ਇਹਦੇ 'ਤੇ ਪੂਰੀ ਆਪਾਂ ਡੈਡੀਕੇਟਡ ਵੀਡੀਓ ਬਣਾ ਦਾਂਗੇ ਵੀ ਇੰਟਰਨਸ਼ਿਪ ਜਾਂ ਫਿਰ ਐਕਸਟਰਨਸ਼ਿਪ ਕੀ ਹੁੰਦੀ ਆ। ਅਤੇ ਫੂਡ ਐਂਡ ਬੈਵਰੇਜ ਮੈਨੇਜਮੈਂਟ ਪ੍ਰੋਗਰਾਮ ਆਪਣਾ, ਅਤੇ ਇਹਦੇ 'ਚ ਮੈਂ ਤੁਹਾਨੂੰ ਦੱਸਦਾ ਵੀ ਜੇ ਕਿਸੇ ਕੋਲ ਪ੍ਰੋਗਰਾਮ ਹੈਗਾ ਫਿਰ ਕੋਈ ਲੈਣਾ ਚਾਹ ਰਿਹਾ ਜਾਂ ਫਿਰ ਕਿਸੇ ਦਾ ਆਫਰ ਲੈਟਰ ਆ ਰਿਹਾ। ਇਹ ਸਾਰਾ ਪ੍ਰੋਗਰਾਮ ਆਲਮੋਸਟ ਪ੍ਰੈਕਟੀਕਲ ਹੈ, ਇਹਦੇ 'ਚ ਤੁਹਾਡੀ ਅਸਾਈਨਮੈਂਟਾਂ ਬਹੁਤ ਘੱਟ ਹੋਣਗੀਆਂ, ਗਿਣਤੀ ਦੀਆਂ 30% ਅਸਾਈਨਮੈਂਟਾਂ ਹੋਣਗੀਆਂ, ਬਾਕੀ ਸਾਰਾ ਪ੍ਰੈਕਟੀਕਲ ਹੈ। ਲਗਭਗ ਤੁਹਾਨੂੰ ਕੀ ਕਰਨਾ, ਤੁਹਾਨੂੰ ਬਾਰ ਟੈਂਡਿੰਗ ਸਿਖਾਉਣਗੇ, ਸਰਵਿੰਗ ਸਿਖਾਉਣਗੇ, ਕਿੱਦਾਂ ਤੁਹਾਨੂੰ ਬਾਰ 'ਚ ਕੰਮ ਕਰਨਾ, ਕਿੱਦਾਂ ਤੁਹਾਨੂੰ ਰੈਸਟੋਰੈਂਟ 'ਚ ਕੰਮ ਕਰਨਾ, ਤੁਹਾਨੂੰ ਸਾਰਾ ਸਿਖਾਉਣਗੇ, ਵਾਈਨ ਟੇਸਟਿੰਗ ਸਿਖਾਉਣਗੇ, ਕੋਕਟੇਲ ਮੋਕਟੇਲ ਬਣਾਉਣੀ ਸਿਖਾਉਣਗੇ, ਫੂਡ ਦੀ ਰੀਪ੍ਰਜੈਂਟੇਸ਼ਨ ਸਿਖਾਉਣਗੇ,
ਅਤੇ ਫੂਡ ਨੂੰ ਕਿੱਦਾਂ ਕਸਟਮਰ ਅੱਗੇ ਪ੍ਰੈਜੈਂਟ ਕਰਨਾ ਉਹ ਸਿਖਾਉਣਗੇ, ਨੋਰਮਲ ਸਾਰੀ ਗੱਲਾਂ ਬੇਸਿਕ ਸਿਖਾਉਣਗੇ ਕਿਉਂਕਿ ਡਿਪਲੋਮਾ ਜੇ ਤੁਸੀਂ ਇਹਦੀ ਡਿਗਰੀ ਕਰਨੀ ਤਾਂ ਕਰ ਸਕਦੇ ਹੋ, ਪਰ ਮੈਂ ਨਹੀਂ ਕਰਦਾ, ਇਹਨੇ ਪੈਸੇ ਹੈ ਨਹੀਂ ਆਪਣੇ ਕੋਲ। ਅਤੇ ਹਾਂ ਇਹ ਇੰਨੇ ਕੈਪੈਸਿਟੀ, ਬਾਕੀ ਇਹਦੇ ਡੈਡੀਕੇਟ ਵੀਡੀਓ ਆਪਾਂ ਬਣਾ ਦਾਂਗੇ ਇੱਕ ਪੂਰੀ। ਮੇਰੇ ਨਾਲ ਦੇ ਇੱਕ ਹੋਰ ਵੀ ਹੈਗੇ ਨੇ ਯਾਰ ਦੋਸਤ, ਉਹਨਾਂ ਕੋਲ ਅਲੱਗ ਅਲੱਗ ਪ੍ਰੋਗਰਾਮ ਨੇ, ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਵੀਡੀਓ ਬਣਾਉਣਾ, ਤੁਸੀਂ ਕਮੈਂਟ ਕਰ ਦਿਓ ਜੇ ਤੁਹਾਨੂੰ ਉਹ ਵੀਡੀਓ ਚਾਹੀਦੀ ਆ। ਕਿੱਦਾਂ ਗਿਆ ਫਿਰ ਤੀਜਾ ਸਮੈਸਟਰ? ਤੀਜਾ ਮੈਂ ਕਿਹਾ ਸਾਰਿਆਂ ਦਾ ਪਿਓ ਨਿਕਲਿਆ, ਪਿਓ ਨਿਕਲਿਆ ਕਹਿੰਦੇ ਇਹਨੂੰ ਰੋਂਦੇ ਸੀ, ਦੂਜੇ ਨੂੰ ਵੀ ਰੋਂਦੇ, ਤੀਜਾ ਹੋਰ ਬੁਰੀ ਕਰਾ ਗਿਆ ਸਾਡੀ। ਬਾਕੀ ਤੂੰ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੇਗਾ ਵੀ ਕਿਵੇਂ ਆ? ਪ੍ਰੋਗਰਾਮ ਕੋਈ ਮਾੜਾ ਨਹੀਂ ਹੈਗਾ, ਫੁੱਲ ਇੰਜੋਏਮੈਂਟ ਵੀ ਹੁੰਦੀ ਹੈ, ਪਰ ਇਹਦਾ ਹੁਣ ਜਿੱਦਾਂ ਮੈਂ ਰਹਿਣਾ ਮਿਸੀ ਹੈਗਾ, ਕੰਮ ਵੀ ਦੇਖੋ ਕੰਮ ਕਈ ਇੱਦਾਂ ਦੇ ਆ, ਅਤੇ ਨਾਈਟ ਸ਼ਿਫਟ ਆ ਜਾਂ ਉਹਨਾਂ ਦਾ ਫਿਕਸ ਹੁੰਦਾ 5 ਦਿਨ ਜਾਂ 2 ਦਿਨ, ਨਾ ਉਹ ਕੋਪਰੇਟ ਕਰਦੇ ਵੀ ਨਾ ਕੋਲਜ ਵਾਲਿਆਂ ਨਾਲ ਕਰ ਸਕਦੇ ਹਾਂ। ਇਹਨਾਂ ਦੀ ਮੋਰਨਿੰਗ ਕਲਾਸ ਔਖੀ ਹੁੰਦੀ ਹੈ ਨਾ, ਜੇ ਕੋਈ ਮਿਸ ਆ ਕੇ ਬਰੈਂਪਟਨ ਰਹਿੰਦਾ ਮੋਰਨਿੰਗ 'ਚ ਆਉਣਾ ਬਹੁਤ ਔਖਾ ਚੱਕਰ। ਜਿੰਨਾ ਜਿਹੜੇ ਮੈਕੜੀ ਲੱਗੇ ਬਰਨਗਰ ਕਿੰਗ ਲੱਗਿਆ ਇਹਨਾਂ ਦੇ ਚਲੋ ਘੰਟੇ ਘੱਟ ਵੱਧ ਹੋ ਜਾਂਦੇ ਆ, 5-6 ਘੰਟੇ ਲੱਗ ਗਏ ਜੇ ਕਿਸੇ ਦੀ 8 ਘੰਟੇ ਦੀ ਸ਼ਿਫਟ ਲੱਗ ਗਈ। ਜਿਹੜਾ ਮੇਰਾ ਕੰਮ ਐਮਾਜ਼ੋਨ ਹੁੰਦਾ ਉਹ ਪੂਰਾ 8 ਘੰਟਾ ਮੰਗਦਾ ਸਕੈਜੂਲ ਸ਼ਿਫਟ ਲਾਉਣੀ ਪੈਂਦੀ 8 ਦੇ 8 ਘੰਟਿਆਂ ਦੀ। ਹਾਂ ਠੀਕ ਹੈ ਠੀਕ ਹੈ। ਅਤੇ ਬਾਕੀ ਕਾਲਜ ਤੈਨੂੰ ਕਿਵੇਂ ਲੱਗਿਆ ਐਟ ਦੀ ਲਾਸਟ? ਕਾਲਜ ਤਾਂ ਬਾਹਲਾ ਵਧੀਆ ਹੈ, ਕਾਲਜ ਆਪਣਾ ਪ੍ਰੈਕਟੀਕਲ ਹੈ ਸਾਰਾ ਤਾਂ ਸੈੱਟ ਹੈ, ਸਾਰਾ ਵਧੀਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਬਸ ਇੱਦਾਂ ਹੈ ਕਿ ਟਾਈਮ ਮੈਨੇਜ ਕਰਨਾ ਸਿੱਖ ਜੇ ਬੰਦਾ, ਆਲਸ ਪੂਣਾ ਨਾ ਕਰੇ, ਅਤੇ ਆਲਸ ਪੂਣੇ 'ਚ ਬੰਦਾ ਭੁੱਖਾ ਰਹਿ ਜੂਗਾ ਅਤੇ ਕੰਮ ਤੋਂ ਵੀ ਰਹਿ ਜੂਗਾ, ਸਾਰਾ ਕੁਛ ਰਹਿ ਜੂਗਾ। ਬਾਕੀ ਉਹ ਟਾਈਮ ਨਾਲ ਸਿੱਖ ਜਾਂਦਾ ਬੰਦਾ, ਟਾਈਮ ਮੈਨੇਜਮੈਂਟ ਥੋੜ੍ਹਾ ਹੀ ਦਿਨ ਔਖਾ ਹੁੰਦਾ ਪਹਿਲਾ ਸਮੈਸਟਰ, ਅਤੇ ਇੱਦਾਂ ਹੀ ਲੰਘ ਜਾਂਦਾ, ਦੂਜੇ ਜਾ ਕੇ ਪਤਾ ਲੱਗਦਾ ਵੀ ਅਸਲ 'ਚ ਹੈ ਕੀ ਸਟੱਡੀ। ਸਾਡਾ ਵੀ ਐਂ ਸੀ ਪਹਿਲਾ ਸਮੈਸਟਰ, ਸਾਡਾ ਐਂ ਲੰਘ ਗਿਆ ਸਾਰਾ ਹੀ, ਬਾਕੀ ਹੁਣ ਸਹੀ ਚੱਲੀ ਜਾਂਦਾ। ਵੈਸੇ ਹੁਣ ਤੀਜਾ ਲੈਣਾ ਹੋਵੇ ਚੌਥਾ, ਹੁਣ ਇੰਟਰਨਸ਼ਿਪ ਹੈ ਅਤੇ ਉਹ ਦੇਖਦੇ ਹਾਂ ਲੱਭਦੇ ਹਾਂ ਵੀ ਕਿਤੇ ਕਰਨੀ ਆ, ਉਹਦਾ ਵੀ ਤੁਹਾਨੂੰ ਪੂਰਾ ਵਲੋਗ ਪਾਵਾਂਗੇ, ਇੱਕ ਵਲੋਗ ਨਹੀਂ ਵੀਡੀਓ ਪਾਵਾਂਗੇ ਵੀ ਇੰਟਰਨਸ਼ਿਪ ਕੀ ਹੁੰਦੀ ਆ, ਫਿਰ ਕਿੱਦਾਂ ਕਰਨੀ ਹੈ, ਕਿੱਦਾਂ ਲੱਭਣੀ ਹੈ, ਫਿਰ ਇਹਦੇ ਹੋਰ ਕੋਈ ਜੁਗਾੜ ਵੀ ਹੁੰਦੇ ਨੇ ਉਹ ਵੀ ਤੁਹਾਨੂੰ ਸਾਰੇ ਸਮਝਾਵਾਂਗੇ ਇੱਕ ਵੀਡੀਓ 'ਚ, ਥੱਲੇ ਕਮੈਂਟ ਕਰਦੀ ਹਾਂ ਸਾਰੀ ਵੀਡੀਓ ਬਣਾ ਲਾਂਗਾ। ਦੇਖੋ ਜੀ ਆਪਾਂ ਇੱਥੇ ਸਰਚ ਕਰੀਏ ਟੌਪ 3 ਕੋਲਜਿਸ ਇਨ ਕੈਨੇਡਾ, ਅਤੇ ਸੈਂਟੇਨੀਅਲ ਅਤੇ ਦੂਜੇ ਨੰਬਰ 'ਤੇ ਜੋਰਜ ਓਰਨ ਕੋਲਜ ਦਾ ਨਾਮ ਆਉਂਦਾ, ਯੂਨੀਵਰਸਿਟੀ ਆਫ ਟੋਰੋਂਟੋ ਵੀ 3rd ਨੰਬਰ 'ਤੇ ਆਉਂਦੀ ਹੈ, ਅਤੇ ਉਸ ਤੋਂ ਬਾਅਦ ਵਾਟਰਲੂ ਕਿਚਨਰ 'ਚ ਹੈ ਜਿਹੜੀ, ਅਤੇ ਮੈਕਮਾਸਟਰ ਯੂਨੀਵਰਸਿਟੀ ਹੈ ਸ਼ਾਇਦ ਹਮਿਲਟਨ, ਹਾਂ ਹਮਿਲਟਨ 'ਚ ਹੈ, ਅਤੇ ਵੈਨਕੂਵਰ 'ਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦਾ ਮੇਰਾ ਆਫਰ ਲੈਟਰ ਆ ਰਿਹਾ ਸੀ ਪਹਿਲਾਂ, ਪਰ ਮੈਂ ਚੂਜ਼ ਨਹੀਂ ਕੀਤੀ, ਮੈਂ ਇਹ ਚੂਜ਼ ਕੀਤਾ ਜੋਰਜ ਓਰਨ। ਸੈਂਟੇਨੀਅਲ ਕੋਲਜ ਬਹੁਤ ਔਖਾ ਹੈ, ਡੀਮੋਟੀਵੇਟ ਨਹੀਂ ਕਰ ਰਿਹਾ, ਮੇਰੇ ਨਾਲ ਦੇ ਯਾਰ ਦੋਸਤ ਨੇ ਉਹ ਬਾਹਲੇ ਸਬਜੈਕਟਾਂ 'ਚ ਫੇਲ ਹੋ ਗਏ, ਜੇ ਤੁਹਾਡਾ ਆਫਰ ਲੈਟਰ ਆ ਰਿਹਾ ਪੜ੍ਹ ਲਓਗੇ ਤਾਂ ਹੀ ਲਈ ਹੈ ਕੋਲਜ, ਤੁਹਾਨੂੰ ਓਨੈਸਟਰੀ ਵੀ ਦੇ ਰਹੇ ਇਹਦਾ। ਜਾਨੀ ਦੀ ਟ੍ਰੇਨ 17 ਸੀ ਅਤੇ ਇਹ ਤਾਂ ਚੱਲਿਆ, ਅਤੇ ਆਪਾਂ ਬੈਠੇ ਹਾਂ ਅਤੇ 10 ਮਿੰਟ ਵੇਟ ਕਰਦੇ ਹਾਂ। ਬਾਕੀ ਆਹੀ ਸੀ ਆਪਣਾ ਅੱਜ ਦੀ ਇਸ ਵੀਡੀਓ ਵਿੱਚ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਮੈਂ ਤੁਹਾਨੂੰ ਆਉਣ ਵਾਲੀ ਇੱਕ ਹੋਰ ਨਵੀਂ ਵੀਡੀਓ ਵਿੱਚ